ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਜੇਕਰ ਤੁਸੀਂ ਹੋ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ, ਜਿਵੇਂ ਲਵ ਮੈਰਿਜ, ਵਸ਼ੀਕਰਨ, ਲਾਟਰੀ ਨੰਬਰ, ਕੀਤਾ ਕਿਰਾਇਆ, ਪੀਆਰ ਦੀ ਸਮੱਸਿਆ, ਸੋਤਨ ਦੁਸ਼ਮਣ ਤੋਂ ਛੁਟਕਾਰੇ ਦਾ ਪੱਕਾ ਹੱਲ ਸਮਰਾਟ ਮਾਤਾ ਮੁਮਤਾਜ਼ ਜੀ ਕੋਲੋਂ ਗਰੰਟੀ ਨਾਲ ਕਰਵਾਓ, ਪਿਆਰ 'ਚ ਧੋਖਾ ਖਾਦੇ ਪ੍ਰੇਮੀ ਪ੍ਰੇਮਿਕਾਵਾਂ ਇੱਕ ਵਾਰ ਜ਼ਰੂਰ ਫੋਨ ਕਰਨ 7390-9786। ਬਟਾਲਾ ਇੱਕ ਵਾਰ ਫਿਰ ਵਾਰਦਾਤਾਂ ਨੂੰ ਲੈ ਕੇ ਸੁਰਖੀਆਂ 'ਚ ਆਉਂਦਾ ਨਜ਼ਰ ਆ ਰਿਹਾ। ਤਾਜ਼ਾ ਮਾਮਲਾ ਕਤਲ ਦਾ ਸਾਹਮਣੇ ਆਇਆ ਹੈ, ਜਿਸ ਵਿੱਚ ਬਟਾਲਾ ਦੇ ਭੰਡਾਰੀ ਮੁਹੱਲੇ ਦੇ ਰਹਿਣ ਵਾਲੇ ਮੁਕੇਸ਼ ਨਈਅਰ ਨਾਮਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮੁਕੇਸ਼ ਸਬਜ਼ੀ ਮੰਡੀ 'ਚ ਕਮਿਸ਼ਨ ਏਜੰਟ ਦਾ ਕੰਮ ਕਰਦਾ ਸੀ ਅਤੇ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਆਪਣੇ ਘਰ ਤੋਂ ਸਬਜ਼ੀ ਮੰਡੀ ਲਈ ਨਿਕਲਿਆ, ਪਰ ਮੰਡੀ ਨਾ ਪਹੁੰਚਿਆ, ਜਿਸ ਤੋਂ ਬਾਅਦ ਉਸਦੇ ਨਾਲ ਕੰਮ ਕਰਨ ਵਾਲੇ ਵਿਅਕਤੀ ਨੇ ਉਸਦੇ ਘਰ ਫੋਨ ਕੀਤਾ ਅਤੇ ਇਸ ਬਾਬਤ ਦੱਸਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੂੰ ਇਸ ਸੰਬੰਧੀ ਪਤਾ ਲੱਗਾ ਤਾਂ ਉਹਨਾਂ ਨੇ ਮੁਕੇਸ਼ ਦੀ ਭਾਲ ਕਰਨੀ ਸ਼ੁਰੂ ਕੀਤੀ, ਜਿਸ ਤੋਂ ਬਾਅਦ ਮੁਕੇਸ਼ ਦੀ ਲਾਸ਼ ਖੂਨ ਨਾਲ ਲਥਪਥ ਭੰਡਾਰੀ ਮਾਲੇ ਵਿੱਚ ਪਈ ਮਿਲੀ। ਉਹਨਾਂ ਦੱਸਿਆ ਹੈ ਕਿ ਇਹ ਕਤਲ ਲੁੱਟ ਦੀ ਨੀਅਤ ਨਾਲ ਨਹੀਂ ਕੀਤਾ ਗਿਆ ਹੈ, ਕਿਉਂਕਿ ਨਾ ਤਾਂ ਕੋਈ ਗਹਿਣਾ ਗਾਇਬ ਹੈ ਅਤੇ ਨਾ ਹੀ ਪੈਸੇ। ਉਹਨਾਂ ਪੁਲਿਸ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਦੱਸ ਦਈਏ ਕਿ ਮ੍ਰਿਤਕ ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਰਮੇਸ਼ ਨਈਅਰ ਦਾ ਛੋਟਾ ਭਰਾ ਹੈ। ਫੋਨ ਆਇਆ ਸੀ ਆਪਾਂ ਲੱਭਣ ਦੇ ਸੀ ਪਾਪਾ ਨੂੰ, ਅਤੇ ਉਹ ਲੱਭਦੇ ਲੱਭਦੇ ਫੋਨ ਆਇਆ ਕਿ ਪਾਪਾ ਮੁਹੱਲੇ ਪਏ ਨੇ। ਰੂਟੀਨ 4:15 ਦੀ ਸੀ, ਅੱਜ 4 ਵਜੇ ਗਏ ਸੀ। ਮੰਡੀਓਂ ਬੰਦਾ ਆਇਆ, ਮੁੰਡਾ ਆਇਆ ਸੀ ਜਿਹੜਾ ਉਹਨਾਂ ਨੇ ਰੱਖਿਆ ਦਾ, ਉਹਨੇ ਆ ਕੇ ਦੱਸਿਆ ਕਿ ਬਹੁ ਵਾਲੇ ਮੰਡੀ ਨਹੀਂ ਪਹੁੰਚਿਆ, ਅਤੇ ਫਿਰ ਮੈਂ ਮੋਟਰਸਾਈਕਲ ਲੈ ਕੇ ਅਤੇ ਨਾਲ ਹੀ ਲੱਭਣ ਚਲ ਗਏ। ਆਪਾਂ ਪਹਿਲਾਂ ਮੁਹੱਲੇ ਲੱਭਿਆ ਸਾਰੇ ਕਿਤੇ, ਉਦੋਂ ਨਹੀਂ ਹੈਗੇ ਕੋਈ, 5 ਵਜੇ ਤਕਰੀਬਨ ਬਿਲਕੁਲ ਨਹੀਂ ਹੈਗਾ ਉੱਥੇ ਕੋਈ, ਅਤੇ 6 ਵਜੇ ਫੋਨ ਆਇਆ ਕਿ ਇੱਥੇ ਮੁਕੇਸ਼ ਨਹੀਂ ਹੈ ਸਰ, ਮੇਰਾ ਭਰਾ ਵੀ ਸੀ। ਇਹ ਸਵੇਰੇ 4:15 ਘਰੋਂ ਗਿਆ ਵਾ, ਆੜਤ ਦਾ ਕੰਮ ਕਰਦਾ ਸਬਜ਼ੀ ਮੰਡੀ 'ਚ। ਘਰੋਂ ਫੋਨ ਆਇਆ ਕਿ 4:45 ਮੰਡੀ ਨੂੰ ਫੋਨ ਆਇਆ ਕਿ ਮੰਡੀ ਨਹੀਂ ਪਹੁੰਚਿਆ। ਉਸ ਤੋਂ ਬਾਅਦ ਸਾਰੇ ਭਰਾ ਹੀ ਲੱਭਣ ਲੱਗ ਪਏ, ਲੱਭਣ ਦੇ ਬਾਵਜੂਦ ਹੀ ਪੁਲਿਸ ਨੂੰ ਇਤਰਾ ਦਿੱਤੀ ਸਵੇਰੇ, ਉਹਦੇ ਕੋਈ ਜਾਣਕਾਰੀ ਨਹੀਂ ਮਿਲੀ। 5:40 ਦੇ ਮੁਹੱਲੇ ਫੋਨ ਆਇਆ ਕਿ ਇੱਥੇ ਪਏ ਮੁਹੱਲੇ। ਉੱਥੇ ਇਸ ਮਾਮਲੇ ਸੰਬੰਧੀ ਬਟਾਲਾ ਪੁਲਿਸ ਦੇ DSP ਲਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਸ ਪਾਸ ਦੇ ਕੈਮਰਿਆਂ ਦੀ ਫੁਟੇਜ ਖੰਗਾਲੀਆਂ ਜਾ ਰਹੀਆਂ ਹਨ। ਆਰੋਪੀ ਜਲਦ ਹੀ ਕਾਬੂ ਕੀਤੇ ਜਾਣਗੇ। ਅੱਜ ਮਾਰਨਿੰਗ ਨਾ ਸੁਬਹਾ 5:30 ਇਨਫੋਰਮੇਸ਼ਨ ਆਈ ਸੀਗੀ, ਮੁਕੇਸ਼ ਕੁਮਾਰ ਆੜਤ ਦਾ ਕੰਮ ਕਰਦਾ ਸਬਜ਼ੀ ਮੰਡੀ 'ਚ, ਰੋਜ਼ ਦੀ ਤਰ੍ਹਾਂ ਘਰੋਂ ਸਕੂਟਰ 'ਤੇ ਨਿਕਲਿਆ ਅਤੇ ਥੋੜ੍ਹੀ ਦੇਰ ਬਾਅਦ ਹੀ ਥੋੜ੍ਹੇ ਹੀ ਵਕਫੇ ਦੇ ਉੱਤੇ ਉਹਨੂੰ ਕਿਸੇ ਨੇ ਕਿਰਚ ਮਾਰ ਕੇ ਗਲੇ ਦੇ ਉੱਤੇ ਕੱਟ ਲੱਗਾ ਸੀਗਾ ਅਤੇ ਇੱਥੇ ਡਿੱਗਾ ਪਿਆ ਸੀਗਾ। ਆ ਕੇ ਮੌਕਾ ਵੇਖਿਆ, CCTV ਕੈਮਰੇ ਚੈੱਕ ਕਰ ਰਹੇ ਹਾਂ, ਬਾਕੀ ਦੇਖ ਕੇ ਦੱਸਦੇ ਕੀ ਕਾਰਵਾਈ ਕੀਤੀ ਜਾਵੇ। ਕਾਰਵਾਈ 300 ਦਾ ਪਰਚਾ ਦਰਜ ਕਰ ਦਿੱਤਾ, ਇਨਵੈਸਟੀਗੇਸ਼ਨ ਦੇ ਵਿੱਚ ਜੋ ਜੋ ਸਾਹਮਣੇ ਆਇਆ ਉਸ ਹਿਸਾਬ ਨਾਲ ਕੰਮ। ਬਟਾਲਾ ਤੋਂ ਜਤਿੰਦਰ ਕੁੰਦਲ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਸਾਂਝ TV, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।